ਅਸੀਂ ਅੰਗਦ ਨੂੰ ਲੱਭੀ ਜਾਂਦੇ ਸੀਗੇ ਤੁਹਾਨੂੰ ਦਿਖਾਵਾਂ ਕਿੱਥੇ ਬੈਠਾ ਆਹ ਕਲੋਜ਼ਟ ਹੈ ਬੰਦ ਸੀ ਮੈਂ ਹਾਕਾ ਮਾਰੀ ਜਾਂਦਾ ਬੋਲਦਾ ਹੀ ਨਹੀਂ ਕਲੋਜ਼ਟ ਕਲੋਜ਼ਟ ਆਹ ਕੀ ਹੋ ਰਿਹਾ ਓਏ ਉਰੇ ਬੈਠ ਕੇ ਯੋਗਟ ਖਾ ਰਿਹਾ ਮੁੰਡਾ ਕਿੱਥੇ ਜਾਵਾਂ ਕਲੋਜ਼ਟ ਚ ਆਜਾ ਬਾਹਰ ਚੱਲੀਏ ਐਵੇਂ ਨਹੀਂ ਖਾਣਾ ਜਮਾ ਮਾਖਣ ਚੋਰ ਬਣ ਗਿਆ ਤੂੰ ਤਾਂ ਦਹੀਂ ਚੋਰ ਬਣ ਗਿਆ ਮੁੰਡਿਆ ਆਏ ਹਾਏ ਆਜਾ ਉੱਧਰ ਬਾਹਰ ਬਹਿ ਕੇ ਖਲੋਂਦਾ ਓਏ ਗੰਦ ਪਾਇਆ ਉਰੇ ਮੰਮੀ ਦੇ ਕੱਪੜੇ ਹੋਏ ਧੋਤੇ ਹੋਏ ਨੇ ਆਜਾ ਉਂਗਲੀ ਫੜੋ ਪਾਪਾ ਖਲੋਂਦੇ ਆ ਜਾਓ ਐਂ ਆਏਗਾ ਤੂੰ ਵੀ ਆ ਜਾ ਦੇਖ ਲਓ ਜਵਾਕਾਂ ਦੇ ਚੱਜ ਆ ਜਾ ਆ ਜਾ ਆ ਜਾ ਮੂੰਹ ਦਿਖਾਈ ਜਾ ਮੂੰਹ ਦਿਖਾ ਓਏ ਲੁਕਦਾ ਕਿੱਥੇ ਆ ਤੂੰ ਓਏ ਖੜ ਜਾ ਓਏ ਤੂੰ ਜੇ ਉਹ ਅੰਦਰ ਕੁੰਡਾ ਲਾ ਲਿਆ ਤੇ ਆ ਜਾਓ ਪੁੱਤ ਆ ਜਾਓ ਆ ਜਾਓ ਪਾਪਾ ਖਿਲਾਉਂਦੇ ਆ ਸੋਨੇ ਦੇਖ ਲਓ ਜੀ ਦੇਖ ਲਓ ਜਿੰਨੇ ਦਿਨ ਇਹ ਰਹੇ ਜੀ ਮੌਸਮ ਇੰਨਾ ਵਧੀਆ ਰਿਹਾ ਮੌਸਮ ਹੁਣ ਵੀ ਵਧੀਆ ਪਰ ਅੱਜ ਦੇਖ ਲਓ ਮੀਂਹ ਪੈਣ ਲੱਗ ਗਿਆ ਰੱਬ ਵੀ ਕਹਿੰਦਾ ਥੋੜ੍ਹੇ ਦਿਨ ਹੋਰ ਰਹੋ ਵਧੀਆ ਰਿਹਾ ਤੁਹਾਡਾ ਸਫ਼ਰ ਸਾਰਾ ਕੁਛ ਫਿਰ ਹੁਣ ਫਲਾਈਟ ਨਾ ਮਿਸ ਹੋ ਜਾਵੇ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਹੁਣ ਚੱਲੇ ਆ ਜੀ ਇਹ ਅੱਜ ਜੀ ਸਾਜਰੇ ਉੱਠ ਖੜੇ ਸੀਗੇ ਕੱਲ੍ਹ ਲੇਟ ਸੁੱਤੇ ਇੱਕ ਵਜੇ ਚਾਰ ਵਜੇ ਉੱਠ ਖੜੇ ਚਾਹ ਵੀ ਉਹਨੇ ਆਪ ਹੀ ਅੱਜ ਬਣਾ ਲਈ ਅਸੀਂ ਲੇਟ ਉੱਠੇ ਨੇ ਆਪ ਹੀ ਬਣਾ ਲਈ ਸੀ ਮਿਲੀ ਹੈ ਬਾਏ ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹਿਲਾਂ ਗਏ ਸੀਗੇ ਜੀ ਸਿਵਿਕ ਬ੍ਰੈਂਪਟਨ ਹੋਸਪਿਟਲ ਤੁਸੀਂ ਮੰਨੋਗੇ ਨਹੀਂ ਸਾਡੇ 3 ਘੰਟੇ ਲੱਗ ਗਏ ਮੈਂ 3 ਘੰਟੇ ਗੱਡੀ ਦੇ ਵਿੱਚ ਬੈਠਾ ਰਿਹਾ ਮੈਂ ਇਹਨਾਂ ਨੂੰ ਘਰੋਂ ਹੀ ਕਹਿ ਕੇ ਆਈ ਸੀ ਮੈਂ ਕਿਹਾ ਜੀ 1 ਵਜੇ ਅਪੁਆਇੰਟਮੈਂਟ ਲੱਗਣਗੇ 3 ਘੰਟੇ ਅਤੇ ਹੋਰ ਹੁਣ ਅਸੀਂ ਉੱਥੇ ਵਿਹਲੇ ਹੋਏ ਹਾਂ ਅਤੇ ਅਸੀਂ ਨੰਗੇ ਜਾ ਰਹੇ ਸੀ ਵਾਲਮਾਰਟ ਦੇਖ ਗਿਆ ਅੱਜ ਮੈਕ ਵੀ ਜਾ ਰਹੇ ਹਾਂ ਇੰਡੀਆ ਨੂੰ ਮੈਂ ਕਿਹਾ ਆਪਾਂ ਕਿਉਂ ਨਾ ਕੋਈ ਇੱਕ ਅੱਧਾ ਜਾ ਕੇ ਦੇਖਦੇ ਹਾਂ ਜੇ ਕੋਈ ਵਧੀਆ ਚੀਜ਼ ਮਿਲ ਗਈ ਤਾਂ ਮੰਮੀ ਡੈਡੀ ਵਾਸਤੇ ਆਪਾਂ ਗਿਫਟ ਬਾਏ ਕਰ ਲੈਂਦੇ ਹਾਂ ਨਹੀਂ ਤਾਂ ਵੈਸੇ ਤਾਂ ਇੰਡੀਆ 'ਚ ਸਾਰਾ ਕੁਛ ਮਿਲ ਹੀ ਜਾਂਦਾ ਵਾ ਅਤੇ ਸਸਤਾ ਵੀ ਮਿਲ ਜਾਂਦਾ ਕਈ ਚੀਜ਼ਾਂ ਇੰਡੀਆ 'ਚ ਕਈ ਚੀਜ਼ਾਂ ਉਰੇ ਅਤੇ ਬਸ ਹੁਣ ਅਸੀਂ ਅੰਦਰ ਚੱਲਦੇ ਹਾਂ ਦੇਖਦੇ ਹਾਂ ਜੇ ਕੁਛ ਹੈਗਾ ਜੇ ਸਾਡੇ ਲਈ ਵੀ ਸਾਨੂੰ ਕੁਛ ਵਧੀਆ ਲੱਗਿਆ ਅਸੀਂ ਉਹ ਵੀ ਲੈ ਲਾਂਗੇ ਅਤੇ ਆ ਬਸ ਹੁਣ ਉਰੇ ਧੁੱਪ ਹੌਲੀ ਹੌਲੀ ਖਤਮ ਹੀ ਹੋਣੇ ਵਾਲੀ ਆ ਧੁੱਪ ਮਤਲਬ ਗਰਮੀ ਹੁਣ ਗਰਮੀ ਅੱਜ ਤੋਂ ਘਟਣਾ ਸ਼ੁਰੂ ਹੋ ਜਾਣੀ ਆ ਆਲਮੋਸਟ ਅਗਸਤ ਤੱਕ ਗਿਆ ਵਾ 1 ਸਤੰਬਰ ਤੋਂ ਫਾਲ ਸਟਾਰਟ ਹੋ ਜਾਣਾ ਬਸ ਥੋੜੀ ਥੋੜੀ ਚਿੱਲੀ ਹੋ ਜੂਗਾ ਫਿਰ ਅਗਲੇ ਮੰਥ ਤੋਂ ਠੰਡ ਹੋਣ ਲੱਗ ਜੂ ਅਸੀਂ ਮੰਮੀ ਡੈਡੀ ਵਾਸਤੇ ਦੇਖ ਕੇ ਆਏ ਸੀ ਸਾਨੂੰ ਉਹ ਚੀਜ਼ਾਂ ਹੀ ਵੱਡੀਆਂ ਹੀ ਲੱਗੀਆਂ ਫਿਰ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਮੰਮੀ ਡੈਡੀ ਉਹਨਾਂ ਨੂੰ ਪੈਸੇ ਭੇਜ ਦਾਂਗੇ ਹਨਾ ਉੱਥੋਂ ਲੈ ਲੈਣਗੇ ਕਿਉਂਕਿ ਜਿਹੜੇ ਉਰੇ ਸ਼ੂਜ਼ ਦੇਖੇ ਮੈਨੂੰ ਫਿਰ ਸਹੀ ਨਹੀਂ ਸੀ ਸਾਈਜ਼ ਦਾ ਨਹੀਂ ਪਤਾ ਸੀਗਾ ਅਤੇ ਮੰਮੀ ਵਾਸਤੇ ਕੋਟੀਆਂ ਦੇਖੀਆਂ ਜੀ ਮੈਨੂੰ ਪਸੰਦ ਆ ਗਈ ਸੀ ਪਰ ਥੋੜ੍ਹੀਆਂ ਖੁੱਲੀਆਂ ਹੀ ਲੱਗੀਆਂ ਅਤੇ ਨਾਲੇ ਗਲੇ ਵੀ ਡੀਪ ਸੀ ਨਾਲੇ ਕੱਪੜਾ ਤਾਂ ਇੰਡੀਆ 'ਚ ਘੈਂਟ ਮਿਲਦਾ ਫਿਰ ਸੋਚਿਆ ਵੀ ਚਲੋ ਅੰਗਦ ਵਾਸਤੇ ਦੇਖ ਲੈਂਦੇ ਹਾਂ ਸ਼ਾਇਦ ਜੇ ਆਪਾਂ ਮਾਲ ਜਾਂਦੇ ਉਹਦੇ ਲਈ ਫਿਰ ਟਾਈਮ ਬਹੁਤ ਜ਼ਿਆਦਾ ਚਾਹੀਦਾ ਸਾਨੂੰ ਹਾਂ ਅੱਜ ਇੰਨਾ ਟਾਈਮ ਲੱਗ ਗਿਆ ਸੋ ਸ਼ਾਪਿੰਗ ਫਾਰ ਇੰਡੀਆ ਹੋ ਗਈ ਆਪਣੀ ਕੈਂਸਲ ਸ਼ਾਪਿੰਗ ਫਾਰ ਕੈਨੇਡਾ ਸ਼ੁਰੂ ਹੋ ਗਈ ਲੈਣ ਗਏ ਸੀ ਜੀ ਮੰਮੀ ਹੋਣਾ ਵਾਸਤੇ ਗਿਫਟ ਮੰਮੀ ਤਾਂ ਡੈਡੀ ਵਾਸਤੇ ਲੈ ਕੇ ਅਸੀਂ ਥੋੜ੍ਹੀ ਜਿਹੀ ਗ੍ਰੋਸਰੀ ਪਹਿਲਾਂ ਜਮਾਂ ਦੁੱਧ ਚੱਕਣ ਲੱਗੇ ਫਿਰ ਅਸ਼ਾਂਤ ਕਹਿੰਦੀ ਮਾੜੀ ਗ੍ਰੋਸਰੀ ਕਰ ਹੀ ਲੈਣੀ ਆ ਅਤੇ ਫਿਰ ਆਉਣਾ ਪੈਣਾ ਹਾਂ ਫਿਰ ਆਹ ਵਾਲੇ ਚਿੱਪ ਜੇ ਵਾਹਿਗੁਰੂ ਐਡੀ ਕਿਹਦੀ ਨਜ਼ਰ ਪੈ ਗਈ ਵਾ ਕਿਹਨੇ ਨਜ਼ਰ ਲਾਈ ਆ ਕਮੈਂਟ ਦੱਸਿਓ ਆਹ ਯਾਰ ਚਿੱਪਸ ਮੈਨੂੰ ਬਾਹਲੇ ਸਵਾਦ ਲੱਗਦੇ ਆ ਨਾਲੇ ਕਾਫੀ ਅਫੋਰਡੇਬਲ ਆ ਅਤੇ ਕਾਫੀ ਟੇਸਟੀ ਨੇ ਯੂ ਮੀਨ ਪਾਲਕ ਅੱਜ ਤਾਂ ਥੱਕ ਗਿਆ ਮੈਂ ਗੱਡੀ 'ਚ ਬੈਠਾ ਬੈਠਾ ਵੇਟ ਕਰਦਾ ਕਰਦਾ ਮੈਂ ਵੀ ਬਹੁਤ ਵੇਟ ਅਤੇ ਆਹ ਕੈਨੇਡਾ ਦਾ ਝੰਡਾ ਨਾ ਸਾਰੇ ਕਿਤੇ ਇੱਦਾਂ ਕੀਤਾ ਹੋਇਆ ਅੱਧ ਦੇ ਵਿੱਚ ਫਲੈਗਸ ਆਰ ਲੋਅਰਡ 24 ਇਹ ਰਿਮੈਂਬਰੈਂਸ ਡੇ ਨੂੰ ਕਰਦੇ ਹੁੰਦੇ ਆ ਜਾਂ ਪਬਲਿਕ ਫਿਗਰ ਜਿਵੇਂ ਰਾਜਾ ਰਾਣੀ ਨੂੰ ਕੁਛ ਹੋ ਜਾਏ ਅਕਤੂਬਰ ਦੇ ਵਿੱਚ ਹਾਂ ਪਤਾ ਨਹੀਂ ਹਾਂ ਕੋਈ ਕਾਰਨ ਹੋਣਾ ਤਾਂ ਕੀਤੇ ਹੋਣੇ ਨੇ ਦੇਖ ਸਕਦੇ ਸੀ ਝੰਡਾ ਅੱਧ ਦੇ ਵਿੱਚ ਆਹ ਕਿੰਨੀ ਕ੍ਰੀਏਟੀਵਿਟੀ ਕੀਤੀ ਹੋਈ ਆ ਕਿਸੇ ਨੇ ਕੈਂਸਰ ਦੇ ਉੱਪਰ ਜਿਹੜਾ ਕੈਂਸਰ ਵਾਲਿਆਂ ਦਾ ਸਾਈਨ ਹੀ ਹੁੰਦਾ ਵਾ ਹਨਾ ਆਈ ਡੋਨਟ ਨੀਡ ਇਟ ਬਹੁਤ ਵਧੀਆ ਕੀਤਾ ਹੋਇਆ ਜਾਂਦੇ ਹੋਏ ਸਾਡਾ ਪਲਾਨ ਬਣ ਗਿਆ ਜੀ ਵੀ ਆਪਾਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਜਾਂਦੇ ਹਾਂਗੇ ਅਤੇ ਫਿਰ ਅਸੀਂ ਗੁਰਦੁਆਰਾ ਸਾਹਿਬ ਚਲੇ ਗਏ ਅਤੇ ਅਚਾਨਕ ਹੀ ਅਸੀਂ ਜਦੋਂ ਉੱਥੇ ਗਏ ਹੈ ਨਾ ਸਾਨੂੰ ਮਾਸੀ ਮਾਸਟਰ ਜੀ ਵੀ ਮਿਲ ਗਏ ਮੇਰੇ ਅਤੇ ਉਹਨਾਂ ਦੇ ਬੱਚੇ ਸੀਗੇ ਨਾਲ ਅਤੇ ਅੰਗਦ ਮੰਮੀ ਪਾਰਕ ਮੰਮੀ ਅੰਗਦ ਨੂੰ ਪਾਰਕ ਲੈ ਕੇ ਗਏ ਨੇਗੇ ਅਤੇ ਹੁਣ ਅਸੀਂ ਉੱਥੇ ਰੁਕ ਜਾਵਾਂਗੇ ਮੈਂ ਰੁਕੂੰਗੀ ਪਹਿਲਾਂ ਤਾਂ ਗ੍ਰੋਸਰੀ ਕੱਢਣੀ ਹੈ ਹਾਂ ਪਹਿਲਾਂ ਗ੍ਰੋਸਰੀ ਡ੍ਰੌਪ ਕਰਕੇ ਫਿਰ ਮੈਂ ਚਲੀ ਜਾਊਂਗੀ ਪਾਰਕ ਬਸ ਇਹ ਘਰੇ ਆ ਕੇ ਗ੍ਰੋਸਰੀ ਰੱਖੀ ਉਸ ਤੋਂ ਬਾਅਦ ਮੈਂ ਘਰਦਿਆਂ ਨੂੰ ਪੈਸੇ ਹੀ ਪਾਤੇ ਸੀਗੇ ਸਭ ਤੋਂ ਗਿਫਟ ਡਿਸਾਈਡ ਨੂੰ ਹੋਇਆ ਵੀ ਕੀ ਕਰੀਏ ਮੈਂ ਕਿਹਾ ਡੈਡੀ ਦੇ ਸ਼ੂਜ਼ ਲੈਣੇ ਸੀ ਮੰਮੀ ਬਾਰੇ ਕੋਟੀ ਸੋਚ ਰਿਹਾ ਸੀ ਮੈਂ ਉਹਨਾਂ ਨੂੰ ਘਰੇ
ਪੈਸੇ ਪਾਤੇ ਮੈਂ ਰੈਮਟਲੀ ਐਪ ਹੀ ਯੂਜ਼ ਕਰਦਾ ਮੈਨੂੰ ਵਧੀਆ ਲੱਗਦੀ ਆ ਬਹੁਤ ਹੀ ਵਾਰੀ ਕਿੰਨੇ ਸਾਲਾਂ ਤੋਂ ਮੈਂ ਯੂਜ਼ ਕਰਦਾ ਆ ਰਿਹਾ ਵਾਂ ਕਦੇ ਕਦੇ ਵੈਸਟਰਨ ਯੂਨੀਅਨ ਵੀ ਜਿਹੜਾ ਵੱਧ ਰੇਟ ਦੇਵੇ ਆਪਾਂ ਉਹ ਯੂਜ਼ ਕਰ ਲਈ ਦੀ ਆ ਸੋ ਤੁਸੀਂ ਵੀ ਇੱਕ ਵਾਰੀ ਇੰਸਟਾਲ ਕਰ ਲਿਓ ਲਿੰਕ ਹਮੇਸ਼ਾ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੁੰਦਾ ਵਾ ਰੈਮਟਲੀ ਐਪ ਦਾ ਵਧੀਆ ਵਾ ਟਾਈਮ ਤੇ ਪੈਸੇ ਪੂਸੇ ਭਜਾ ਦਿੰਦੇ ਮਤਲਬ ਕਦੇ ਔਖ ਨਹੀਂ ਹੋਈ ਹੈਗੀ ਮੈਨੂੰ ਸੋ ਮੈਂ ਘਰਦਿਆਂ ਨੂੰ ਫੋਨ ਕਰਕੇ ਦੱਸ ਦੇਣਾ ਵੀ ਭਾਈ ਤੁਹਾਡਾ ਗਿਫਟ ਨਹੀਂ ਹੈਗਾ ਤੁਸੀਂ ਆਪਦੇ ਮਨ ਪਸੰਦੀਦਾ ਗਿਫਟ ਤੁਸੀਂ ਇੰਡੀਆ ਦੇ ਵਿੱਚ ਹੀ ਲੈ ਲਿਓ ਤੇ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਹੇਅਰ ਕੱਟ ਕਰਾਇਆ ਵਾ ਜੀ ਇਹ ਹੈਗਾ ਆਪਣਾ ਏਅਰਪੋਰਟ ਤੇ ਬਵੇੜ ਵਾਲਾ ਪਲਾਜ਼ਾ ਉਰੇ ਸਟਾਈਲ ਹੱਬ ਵਾਲਿਆਂ ਦੀ ਸੈਕਿੰਡ ਲੋਕੇਸ਼ਨ ਖੁੱਲੀ ਆ ਮੈਂ ਇਹਨਾਂ ਦਾ ਐਡਰੈਸ ਤੇ ਫੋਨ ਨੰਬਰ ਪਾ ਦੂੰਗਾ ਇਹ ਮੈਂ ਤਾਂ ਪਾ ਰਿਹਾ ਵਾ ਕਿਉਂਕਿ ਇਹੀ ਜਿਹੜਾ ਹੇਅਰ ਕੱਟ ਆ ਬੇਸਿਕਲੀ ਮੈਂ ਪਹਿਲਾਂ ਵੀ ਵਲੌਗਾਂ 'ਚ ਦੱਸਦਾ ਹੁੰਦਾ ਵੀ ਇੰਡੀਆ ਦੇ ਵਿੱਚ ₹50 ਰੁਪਏ ਦਾ ਹੋ ਜਾਂਦਾ ਵਾ ਉਰੇ $50 ਦਾ ਹੁੰਦਾ ਵਾ ਪਰ ਇਹਨਾਂ ਨੇ ਹੁਣ ਡੀਲ ਲਾਈ ਹੋਈ ਆ ਜਿਹੜੀ ਕਿ ਆਹ ਮਹੀਨੇ ਦੇ ਐਂਡ ਤੱਕ ਆ 30 ਸਤੰਬਰ ਤੱਕ ਇਹਨਾਂ ਦੀ ਡੀਲ ਚੱਲ ਰਹੀ ਆ ਵੀ ਜਿਹੜੇ ਹੇਅਰ ਕੱਟ ਨੇ ਆਪਾਂ ਬਾਹਰੋਂ ਕਰਾਈਏ $40 $45 ਦੇ ਨੇ ਉਰੇ ਉਹ $20 ਦਾ ਹੇਅਰ ਕੱਟ ਕਰ ਰਹੇ ਨੇ ਮੇਰੇ ਵਾਲਾ ਦੇਖ ਲਓ ਪੂਰੀ ਫੇਡ ਫੂਡ ਪਾਈ ਆ ਬਾਈ ਉਹਨਾਂ ਨੇ ਲੈਣ ਪਾਈ ਆ ਅਤੇ ਬੀਅਰਡ ਜਿਵੇਂ ਬਾਹਰ $20 $15 ਕੁਛ ਵੀ ਆ ਉਰੇ $10 ਦੇ ਵਿੱਚ ਨੇ ਬਾਕੀ ਵੀ ਇਹਨਾਂ ਦੀਆਂ ਸਾਰੀਆਂ ਸਰਵਿਸਿਸ 50% ਔਫ ਨੇ ਆਪਣਾ 30 ਸਤੰਬਰ ਤੱਕ ਸੋ ਅਗੇਨ ਮੈਂ ਲੋਕੇਸ਼ਨ ਵਗੈਰਾ ਬਾਈਆਂ ਦੀ ਪਾਤੀ ਫੋਨ ਨੰਬਰ ਪਾਤਾ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਕੇ ਇਹਨਾਂ ਕੋਲੇ ਚਲੀ ਜਾਇਓ ਕੈਟ ਕਿੱਥੇ ਬੈਠੀ ਆ ਕੈਟ ਕਿੱਥੇ ਬੈਠੀ ਆ ਉਹ ਬੈਠੀ ਆ ਕੀ ਉਹਦਾ ਨਾਮ ਕੀ ਆ ਅੰਗਦ ਉਹਦਾ ਨਾਮ ਦੱਸੋ ਪਹਿਲਾਂ ਉਹਦਾ ਨਾਮ ਹੈਗਾ ਜੀ ਆਇਆ ਅਪ ਕੀ ਪੁੱਤ ਆਪਣੇ ਹੀ ਲਟਕਣਾ ਹੈਗਾ ਨਾ ਮੈਂ ਤੈਨੂੰ ਚੱਕ ਸਕਦੀ ਹਾਂ ਉੱਥੇ ਦੇਖੋ ਦੇਖੋ ਮੈਨੂੰ ਕਹਿੰਦਾ ਵੀ ਮੈਨੂੰ ਉੱਪਰ ਚੱਕੋ ਲਟਕਾਓ ਅੰਗਦ ਉਹਨੂੰ ਹੈਲੋ ਕਹਿ ਕੇ ਆਓ ਪੁੱਤ ਕਹਿ ਹਾਏ ਕਿੰਨੀ ਸੋਹਣੀ ਆ ਇਹ ਵਾਈਟ ਕਲਰ ਦੀ ਇਹਦੇ ਬਲੂ ਆਈਜ਼ ਨੇ ਮੈਂ ਕਿਹਾ ਤੁਹਾਡੇ ਨਾਲ ਕੈਨੇਡਾ ਦੀਆਂ ਥੋੜ੍ਹੀਆਂ ਜਿਹੀਆਂ ਖਬਰਾਂ ਵੀ ਸ਼ੇਅਰ ਕਰ ਲਈਏ ਜੀ ਪਹਿਲੀ ਖਬਰ ਜਿਹੜੀ ਅੱਜ ਦੀ ਆ ਉਹ ਤਾਂ ਇਹ ਆ ਵੀ ਰੀਅਲ ਸਟੇਟ ਦੇ ਵਿੱਚ ਉਰੇ ਇੰਟਰਸਟ ਰੇਟ ਲਗਾਤਾਰ ਵੱਧਦੇ ਜਾ ਰਹੇ ਸੀਗੇ ਜੀ ਅੱਜ ਇੰਟਰਸਟ ਰੇਟ ਵਧਣੇ ਸੀ ਵਧੇ ਨਹੀਂ ਹੈਗੇ ਸੋ ਉਮੀਦ ਆ ਸ਼ਾਇਦ ਅੱਗੇ ਵੀ ਨਾ ਵਧਣ ਆਹ ਰੌਲਾ ਲੈਣਾ ਤਾਂ ਰੌਲਾ ਕਹਿੰਦਾ ਕਿ ਪੰਛੀ ਆ ਕੋਈ ਪੰਛੀ ਲੱਗੂ ਸੋ ਜਿਹੜੀ ਕੈਨੇਡਾ ਦੀ ਰੀਅਲ ਸਟੇਟ ਮਾਰਕੀਟ ਥੋੜ੍ਹੀ ਜਿਹੀ ਸਲੋ ਚੱਲ ਰਹੀ ਸੀ ਮੇ ਵੀ ਥੋੜ੍ਹੀ ਜਿਹੀ ਫਾਸਟ ਹੋਵੇ ਹੁਣ ਇੰਨੀ ਜ਼ਿਆਦਾ ਫਾਸਟ ਨਹੀਂ ਪਰ ਇੰਟਰਸਟ ਰੇਟ ਘਟਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਹੁਣੇ ਘਰ ਲੈ ਲਓ ਜਾਂ ਕਿੱਦਾਂ ਤੁਸੀਂ ਆਪਣੀ ਪੋਕਿਟ ਦੇਖ ਕੇ ਆਪਣੇ ਹਿਸਾਬ ਨਾਲ ਘਰ ਲੈਣਾ ਵਾ ਦੂਜੀ ਜਿਹੜੀ ਨਿਊਜ਼ ਆ ਜੀ ਉਰੇ ਜਿਹੜੇ ਪੁਰਾਣੇ ਮਤਲਬ ਸਕੂਲ ਸੀਗੇ ਰੋਮਨ ਕੈਥੋਲਿਕ ਇੱਦਾਂ ਦੇ ਅਤੇ ਉੱਥੇ ਜਿਹੜੇ ਉਰੇ ਦੇ ਕੈਨੇਡਾ ਦੇ ਪੁਰਾਣੇ ਪਹਿਲਾਂ ਵਾਲੇ ਲੋਕ ਰਹਿੰਦੇ ਸੀ ਆਪਾਂ ਤਾਂ ਜਿਵੇਂ ਬਾਅਦ 'ਚੋਂ ਆਏ ਹੋਏ ਹਾਂ ਨਾ ਉਦੋਂ ਜਦੋਂ ਬਾਅਦ 'ਚੋਂ ਹੋਰ ਕਿਤੋਂ ਲੋਕ ਆਏ ਤਾਂ ਉਹਨਾਂ ਨੇ ਕੀ ਕੀਤਾ ਵੀ ਜਿਹੜੇ ਉਰੇ ਦੇ ਵਸਨੀਕ ਸੀਗੇ ਉਹਨਾਂ ਦੇ ਬੱਚੇ ਉਹਨਾਂ ਦੇ ਸਕੂਲਾਂ 'ਚ ਗਏ ਉਹ ਲਾਸ਼ਾਂ ਨੇ ਇਹਨਾਂ ਨੇ ਉੱਪਰੋਂ ਸਕੈਨ ਕਰਕੇ ਦੇਖਿਆ ਵੀ ਉਹ ਚਰਚ ਉਹ ਸਕੂਲਾਂ ਦੇ ਵਿੱਚ ਬਹੁਤ ਹੀ ਲਾਸ਼ਾਂ ਸੀਗੀਆਂ ਉਰੇ ਬਹੁਤ ਰੌਲਾ ਪਿਆ ਕਹਿੰਦੇ 200-250 ਬੱਚੇ ਦੇ ਕੰਕਾਲ ਮਿਲਣਗੇ ਉਦੋਂ ਬਹੁਤ ਰੌਲਾ ਪਿਆ ਜੀ ਉਰੇ ਬਹੁਤ ਲੋਕਾਂ ਨੇ ਲਾਈਕ ਚਰਚਾਂ 'ਚ ਵੀ ਤੋੜ ਭੰਨ ਕੀਤੀ ਖਾਸਾ ਮਤਲਬ ਉਰੇ ਕਹਿ ਲਓ ਵੀ ਪੂਰਾ ਹੀ ਰੌਲਾ ਪਿਆ ਅਤੇ ਹੁਣ ਉਹਨਾਂ ਨੂੰ ਉਰੇ ਖੁਦਾਈ ਕਰਦਿਆਂ ਨੂੰ ਕਾਫੀ ਟਾਈਮ ਹੋ ਚੁੱਕਿਆ ਉਹਨਾਂ ਨੂੰ ਕੋਈ ਲਾਸ਼ ਲੂਸ਼ ਨਹੀਂ ਮਿਲੀ ਹੈਗੀ ਫਿਲਹਾਲ ਕੋਈ ਕੰਕਾਲ ਨਹੀਂ ਮਿਲਿਆ ਹੈਗਾ ਅਤੇ ਮਤਲਬ ਇਹ ਖਬਰ ਹੁਣ ਆਈ ਆ ਸੋ ਪਰ ਮੀਡੀਆ ਦਾ ਕੁਛ ਨਹੀਂ ਪਤਾ ਹੈਗਾ ਮੀਡੀਆ 'ਤੇ ਕੋਈ ਵੀ ਚੀਜ਼ ਇੱਕਦਮ ਹੀ ਬਹੁਤ ਹੀ ਸੱਚ ਬਣਾ ਦਿੱਤੀ ਜਾਂਦੀ ਆ ਇੱਕਦਮ ਹੀ ਆਪਾਂ ਨੂੰ ਕਈ ਸਾਲਾਂ ਬਾਅਦ ਪਤਾ ਲੱਗਦਾ ਵੀ ਯਾਰ ਉਹ ਤਾਂ ਯਾਰ ਝੂਠ ਨਿਕਲੀ ਸੋ ਇੱਦਾਂ ਦੀਆਂ ਖਬਰਾਂ ਚੱਲ ਰਹੀਆਂ ਬਾਕੀ ਏਸ਼ੀਆ ਕੱਪ ਚੱਲ ਰਿਹਾ ਵਾ ਜੀ ਹੋ ਸਕਦਾ ਚੰਦਰਯਾਨ ਦਾ ਵੀ ਐਂ ਪਤਾ ਲੱਗੇ ਬਸ ਅਤੇ ਉੱਧਰ ਆਪਣਾ ਉੱਧਰ ਇੰਡੀਆ ਵਾਲਿਆਂ ਦੀ ਸਟਾਰਟਿੰਗ ਥੋੜ੍ਹੀ ਜਿਹੀ ਮਾੜੀ ਰਹੀ ਪਾਕਿਸਤਾਨ ਦੀ ਬੋਲਿੰਗ ਤਕੜੀ ਆ 'ਚ ਕੋਈ ਸ਼ੱਕ ਨਹੀਂ ਹੈਗਾ ਅਤੇ ਦੇਖੋ ਫਾਈਨਲ ਕੀ ਇਹਨਾਂ ਦਾ ਹੁੰਦਾ ਏਸ਼ੀਆ ਕੱਪ ਦੇ ਵਿੱਚ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਵੀ ਕੌਣ ਜਿੱਤੂਗਾ ਹੋਰ ਵੀ ਕੈਨੇਡਾ 'ਚ ਕਾਫੀ ਖਬਰਾਂ ਚੱਲ ਰਹੀਆਂ ਨੇ ਜੀ ਪਰ ਅੱਜ ਦੀਆਂ ਖਬਰਾਂ ਆਪਾਂ ਪੂਰੀ ਸਮਾਪਤ ਕਰਦੇ ਹਾਂ ਬਾਕੀ ਮਿਲਾਂਗੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਲਵ ਯੂ ਟੇਕ ਕੇਅਰ ਅਤੇ ਬਾਏ ਸਤਿ ਸ਼੍ਰੀ ਅਕਾਲ